ਨਮਸਕਾਰ, ਸਤਿ ਸ਼੍ਰੀ ਅਕਾਲ। ਪਾਸਪੋਰਟ ਇੰਡੀਆ ਤੋਂ ਮੈਂ ਸੁਖੇਸ਼ ਕੁਮਾਰ ਇਸ ਵੇਲੇ ਗੁਰਦੁਆਰਾ ਸਾਹਿਬ ਆਦਰਸ਼ ਨਗਰ ਦੇ ਕੋਲ ਖੜ੍ਹਾ ਹਾਂ। ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਨਾਲ ਸਟਰੀਟ ਲਾਈਟ ਦਾ ਪੋਲ ਲੱਗਾ ਹੈ, ਉਸ 'ਤੇ ਲਾਈਟ ਚੱਲ ਰਹੀ ਹੈ। ਇਸ ਤਰ੍ਹਾਂ ਤੁਹਾਨੂੰ ਪਿੱਛੇ ਦਿਖਾਇਆ ਸੀ, ਆਹ ਦੇਖੋ ਰਸਤੇ ਵਿੱਚ ਇੱਕ ਹੋਰ ਸਟਰੀਟ ਲਾਈਟ ਲੱਗੀ ਹੈ ਜੋ ਕਿ ਮੇਰੇ ਘਰ ਦੇ ਬਿਲਕੁਲ ਥੱਲੇ ਹੈ। ਇਸ ਤੋਂ ਅੱਗੇ ਫਿਰ ਤਕਰੀਬਨ 100 ਮੀਟਰ 'ਤੇ ਇੱਕ ਹੋਰ ਸਟਰੀਟ ਲਾਈਟ ਲੱਗੀ ਹੈ, ਉਸ ਦੇ ਨਾਲ ਇੱਕ ਕਾਫੀ ਵੱਡਾ ਦਰਖਤ ਕਾਰਪੋਰੇਸ਼ਨ ਨੇ ਲਾਇਆ ਹੈ। ਸੰਗਤ ਸਵੇਰੇ ਮਿੱਠੂ ਬਸਤੀ ਵੱਲੋਂ ਅਤੇ ਗੁਰਦੁਆਰਾ ਆਦਰਸ਼ ਨਗਰ ਤੋਂ ਲੈ ਕੇ ਮਿੱਠੂ ਬਸਤੀ ਵੱਲੋਂ ਵਾਪਸ ਜਾਂਦੀ ਹੈ। ਇਹ 200 ਮੀਟਰ ਦਾ ਫਾਸਲਾ ਹੈ, ਇਹਦੇ 'ਚ ਪੂਰਾ ਅੰਧੇਰਾ ਰਹਿੰਦਾ ਹੈ, ਜਿਸ ਨਾਲ ਗੁਰਦੁਆਰਾ ਸਾਹਿਬ ਜਾਣ ਵਾਲੀ ਸੰਗਤ ਨੂੰ ਕਾਫੀ ਮੁਸ਼ਕਿਲ ਵੀ ਆ ਰਹੀ ਹੈ, ਕਿਉਂਕਿ ਅੱਜ ਕੱਲ੍ਹ ਆਵਾਰਾ ਪਸ਼ੂ ਦੇ ਨਾਲ ਕੁੱਤੇ ਵੀ ਹਨ, ਆਉਂਦੇ ਜਾਂਦੇ ਰਾਹੀਆਂ ਨੂੰ ਕਈ ਵਾਰ ਕੱਟ ਚੁੱਕੇ ਹਾਂ। ਸੋ ਕਾਰਪੋਰੇਸ਼ਨ ਨੂੰ ਬੇਨਤੀ ਹੈ ਕਿ ਇਹ ਸਟਰੀਟ ਲਾਈਟ ਨੂੰ, ਜੋ ਕਿ ਤਕਰੀਬਨ 1 ਮਹੀਨੇ ਤੋਂ ਬੰਦ ਹੈ, ਇਸ ਨੂੰ ਚਾਲੂ ਕੀਤਾ ਜਾਵੇ।